ਹੁਣ ਅਸੀਂ ਇਸ ਸੰਸਾਰ ਦੇ ਵਿੱਚ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ ਤਾਂ ਅਸੀਂ ਇਹ ਦੇਖਣਾ ਹੈ ਕਿ ਅਸੀਂ ਕੀ ਕੁਛ ਲੈ ਕੇ ਜਾ ਰਹੇ ਹਾਂ ਗੁਰੂ ਦੇ ਚਰਨਾਂ ਤੋਂ, ਕੀ ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਔਰ ਕੀ ਅਸੀਂ ਗੁਰੂ ਦੇ ਨਾਲ ਜੋ ਵਿਵਹਾਰ ਕੀਤਾ ਹੈ, ਗੁਰੂ ਦੇ ਚਰਨਾਂ ਦੇ ਨਾਲ ਪਿਆਰ ਕੀਤਾ ਹੈ, ਸ਼ਰਧਾ ਭਾਵਨਾ ਕੀਤੀ ਹੈ, ਉਸ ਦਾ ਫਲ ਸਾਨੂੰ ਕੀ ਮਿਲਦਾ ਹੈ। ਬਹੁਤ ਲੋਕ ਆਉਂਦੇ ਹੈ ਮਤਲਬ ਪ੍ਰਸਤੀ ਵਾਸਤੇ, ਕੁਛ ਲੋਕ ਜਿਹੜੇ ਆ ਉਹ ਸ਼ਰਧਾਵਾਨ ਹੁੰਦੇ ਆ ਔਰ ਸਿਰਫ ਅਤੇ ਸਿਰਫ ਪਰਮਾਤਮਾ ਨਾਲ ਸੁਰਤੀ ਜੋੜ ਕੇ ਪਰਮਾਤਮਾ ਦੇ ਚਰਨਾਂ ਦਾ ਪਿਆਰ ਧਰ ਕੇ ਆਪਣੇ ਜੀਵਨ ਨੂੰ ਪਰਮਾਤਮਾ ਨੂੰ ਸੌਂਪ ਦਿੰਦੇ ਹੈ ਅਤੇ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਹਰ ਸਮੇਂ ਹੀ ਉਹ ਸਮਰਪਿਤ ਰਹਿੰਦੇ, ਚਾਹੇ ਦੁੱਖ ਹੋਵੇ, ਚਾਹੇ ਸੁੱਖ ਹੋਵੇ, ਚਾਹੇ ਭੁੱਖ ਹੋਵੇ, ਚਾਹੇ ਕਿਸੇ ਵੀ ਕਿਸਮ ਦੀ ਵਿਵਸਥਾ ਕਿਉਂ ਨਾ ਹੋਵੇ, ਹਰ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਉਸ ਗੁਰਮੁਖ ਪਿਆਰੇ ਦਾ ਕੰਮ ਹੋ ਜਾਂਦਾ ਹੈ। ਔਰ ਫਿਰ ਉਹ ਗੁਰਮੁਖ ਪਿਆਰਾ ਜਿਹੜਾ ਹੈ ਨਾ ਪਰਮਾਤਮਾ ਤੋਂ ਖੁਸ਼ੀਆਂ ਪ੍ਰਾਪਤ ਕਰਕੇ, ਮਨ ਦੀ ਸ਼ੀਤਲਤਾ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦਾ ਔਰ ਉਹਦਾ ਜੀਵਨ ਜਿਹੜਾ ਹੈ ਸੁੱਖਾਂ ਵਾਲਾ ਹੋ ਜਾਂਦਾ। ਸਾਧ ਸੰਗਤ ਜੀ, ਦੂਜੇ ਪਾਤਸ਼ਾਹ ਸਾਨੂੰ ਇਸ ਪਰਮਾਤਮਾ ਦੀ ਸੇਵਾ ਦੇ ਬਾਰੇ ਕਿ ਅਸੀਂ ਪਰਮਾਤਮਾ ਦੀ ਸੇਵਾ ਜਾਂ ਚਾਕਰੀ ਜਾਂ ਨੌਕਰੀ ਕਿਸ ਤਰ੍ਹਾਂ ਕਰਨੀ ਹੈ, ਵਾਰ ਆਸਾ ਦੇ ਵਿੱਚ ਇੱਕ ਦੋ ਸਲੋਕਾਂ ਦੇ ਵਿੱਚ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਕੁਛ ਗੱਲਾਂ ਵਿਚਾਰ ਕੀਤੀਆਂ। ਗੁਰੂ ਸਾਹਿਬ ਕਹਿੰਦੇ ਆ ਭਾਈ ਅਸੀਂ ਗੁਰੂ ਨਾਲ ਪਿਆਰ ਕਰਦੇ ਹਾਂ, ਪਰ ਪਿਆਰ ਕਿਹੋ ਜਿਹਾ? ਗੁਰੂ ਸਾਹਿਬ ਇਹ ਕਹਿੰਦੇ ਆ ਵੀ ਇਹ ਕਨੇਹੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਢੀਐ ਸਦ ਹੀ ਰਹੇ ਸਮਾਏ। ਚੰਗੇ ਚੰਗਾ ਮਨ ਰਹੇ, ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੇ ਵਰਤੈ ਸੋਏ। ਹੁਣ ਗੁਰੂ ਸਾਹਿਬ ਨੇ ਸਮਝਾਇਆ ਸਾਨੂੰ ਭਾਈ ਅਸੀਂ ਆਸ਼ਕੀ ਕਰਦੇ ਹਾਂ ਪਰਮਾਤਮਾ ਦੇ ਚਰਨਾਂ ਨੂੰ। ਆਸ਼ਕੀ ਹੁੰਦਾ ਪਿਆਰ, ਇੱਕ ਸੰਸਾਰ ਦੀ ਆਸ਼ਕੀ ਹੁੰਦੀ ਹੈ, ਇੱਕ ਪਰਮਾਤਮਾ ਦੀ ਹਕੀਕੀ ਆਸ਼ਕੀ, ਸੱਚੀ ਆਸ਼ਕੀ, ਪਿਆਰ। ਪਰਮਾਤਮਾ ਦੇ ਨਾਲ ਜਦੋਂ ਅਸੀਂ ਪਿਆਰ ਕਰਦੇ ਹਾਂ ਤਾਂ ਇਹੋ ਜਿਹਾ ਆਸ਼ਕ ਨਹੀਂ ਹੋਣਾ ਚਾਹੀਦਾ ਕਿ ਉਹ ਮਾਇਆ ਨਾਲ ਜੁੜ ਜਾਵੇ ਅਤੇ ਗੁਰੂ ਨਾਲ ਗੱਲਾਂ ਕਰੀ ਜਾਵੇ। ਗੁਰੂ ਨੂੰ ਕਹੇ ਮੈਨੂੰ ਫਲਾਣੀ ਚੀਜ਼ ਦੇ ਦੇ, ਮੈਨੂੰ ਫਲਾਣੀ ਚੀਜ਼ ਦੇ ਦੇ, ਮੈਨੂੰ ਫਲਾਣੀ ਚੀਜ਼ ਦੇ ਦੇ, ਅਤੇ ਗੁਰੂ ਦੀ ਭਾਵਨਾ ਜਿਹੜੀ ਹੈ ਪਿਆਰ ਵਾਲੀ ਉਹ ਐਸੀ ਬਣੀ ਰਹੇ। ਗੁਰੂ ਸਾਹਿਬ ਕਹਿੰਦੇ ਐਸਾ ਨਹੀਂ ਹੋਣਾ ਚਾਹੀਦਾ। ਕਹਿੰਦਾ ਆਸ਼ਕ ਐਸਾ ਕਾਂਢੀਏ, ਕਹਿੰਦਾ ਕਿ ਗੁਰੂ ਦਾ ਪਿਆਰਾ ਜਿਹੜਾ ਐਸਾ ਹੋਣਾ ਚਾਹੀਦਾ ਹੈ, ਸਦ ਹੀ ਰਹੇ ਸਮਾਏ। ਗੁਰੂ ਦੇ ਚਰਨਾਂ ਦੇ ਵਿੱਚ ਚਾਹੇ ਦੁੱਖ ਹੈ, ਚਾਹੇ ਭੁੱਖ ਹੈ, ਚਾਹੇ ਕਿਸੇ ਵੀ ਤਰ੍ਹਾਂ ਦੀ ਵਿਵਸਥਾ ਹੈ, ਹਰ ਪ੍ਰਕਾਰ ਦੇ ਨਾਲ ਗੁਰੂ ਦੀ ਰਜ਼ਾ ਨੂੰ ਮੰਨਦਾ ਹੋਇਆ ਗੁਰੂ ਦੀ ਸ਼ਰਨ ਦੇ ਵਿੱਚ ਰਹੇ ਔਰ ਗੁਰੂ ਦੇ ਹਰ ਕਰਮ ਨੂੰ ਚਾਹੇ ਉਹ ਦੁੱਖ ਦਾ ਹੋ ਜਾਵੇ, ਚਾਹੇ ਰੋਗ ਦਾ ਹੋਵੇ, ਚਾਹੇ ਕਸ਼ਟ ਦਾ ਹੋਵੇ, ਸਤ ਕਰਕੇ ਮੰਨ ਲਵੇ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਾਇਆ ਰਹੇ। ਗੁਰੂ ਸਾਹਿਬ ਕਹਿੰਦੇ ਵੀ ਐਸਾ ਆਸ਼ਕ ਹੋਣਾ ਚਾਹੀਦਾ, ਸਮਰਪਿਤ ਹੋਣਾ ਚਾਹੀਦਾ ਪਰਮਾਤਮਾ ਨੂੰ। ਪਰ ਗੁਰੂ ਸਾਹਿਬ ਕਹਿੰਦੇ ਆ ਵੀ ਚੰਗੇ ਨੂੰ ਚੰਗਾ ਮੰਨ ਰਹੇ, ਜੇ ਉਹਦੇ ਕਰਮ ਦੇ ਵਿੱਚ ਪਰਮਾਤਮਾ ਵੱਲੋਂ ਕੋਈ ਚੰਗੇ ਦਿਨ ਆ ਰਹੇ ਹੈ, ਖੁਸ਼ੀ ਆ ਰਹੀ ਹੈ, ਅਤੇ ਗੁਰੂ ਦਾ ਸਤਿਕਾਰ ਕਰੇ, ਗੁਰੂ ਦਾ ਸ਼ੁਕਰ ਕਰੇ, ਵਾਹਿਗੁਰੂ ਵਾਹਿਗੁਰੂ ਕਰੇ, ਅਤੇ ਜੇ ਕਿਤੇ ਮੰਦਾ ਵੀ ਆਉਂਦਾ ਹੈ, ਕਿਸੇ ਐਸੇ ਕਰਮ ਦਾ ਫਲ ਕੋਈ ਐਸਾ ਬਣਦਾ ਕਿ ਸਾਨੂੰ ਦੁੱਖ ਵੀ ਬਣ ਜਾਂਦਾ, ਕਸ਼ਟ ਵੀ ਬਣ ਜਾਂਦਾ, ਸਾਨੂੰ ਕੋਈ ਨੁਕਸਾਨ ਵੀ ਹੋ ਜਾਂਦਾ, ਅਤੇ ਫਿਰ ਵੀ ਗੁਰੂ ਦਾ ਸ਼ੁਕਰ ਕਰੇ, ਫਿਰ ਵੀ ਵਾਹਿਗੁਰੂ ਵਾਹਿਗੁਰੂ ਕਰੇ, ਉਹਦਾ ਨਾਮ ਸਿਮਰਨ ਕਰੇ ਔਰ ਉਹਦੀ ਸ਼ਰਨ ਦੇ ਵਿੱਚ ਸਤ ਬਚਨ ਕਰਕੇ ਮੰਨਦਾ ਰਹੇ, ਕਦੇ ਉਲਾਂਭੇ ਨਾ ਦੇਵੇ ਪਰਮਾਤਮਾ ਨੂੰ ਇਹ ਮੈਨੂੰ ਰੋਗ ਲਾ ਦਿੱਤੇ, ਕਿਉਂ ਲਾ ਦਿੱਤੇ, ਇਹ ਮੇਰਾ ਦੁੱਖ ਫਲਾਣਾ ਬਣ ਗਿਆ, ਕਿਉਂ ਬਣ ਗਿਆ? ਨਹੀਂ, ਗੁਰੂ ਦੀ ਸ਼ਰਨ ਦੇ ਵਿੱਚ ਰਹਿ ਕੇ ਉਹਨੂੰ ਵੀ ਸਤ ਕਰਕੇ ਮੰਨਦਾ ਰਹੇ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਹੈ, ਕਹਿੰਦਾ ਕਿ ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਕਹਿੰਦੇ ਵੀ ਉਹ ਆਸ਼ਕ ਨਹੀਂ ਹੈ ਵੀ ਗੁਰੂ ਨੂੰ ਕਹੇ ਜੀ ਮੈਂ ਅਖੰਡ ਪਾਠ ਕਰਾ ਦਿੱਤਾ ਮੈਨੂੰ ਪੁੱਤਰ ਦੇ ਦੀ, ਗੁਰੂ ਨੂੰ ਕਹੇ ਮੈਂ ਜੀ ਫਲਾਣਾ ਕੰਮ ਕਰ ਦਿੱਤਾ ਮੈਨੂੰ ਆਹ ਦੇ ਦੀ, ਮੈਨੂੰ ਆਹ ਦੇ ਦੀ, ਮੈਨੂੰ ਆਹ ਦੇ ਦੀ, ਲੇਖੇ ਵਰਤੈ ਸੋਏ, ਭਾਵ ਕੁਛ ਲੈ ਕੇ ਕੁਛ ਦੇਣਾ, ਮੈਂ ਆਹ ਕਰ ਦੂੰਗਾ ਤੁਸੀਂ ਮੈਨੂੰ ਆਹ ਕਰ ਦਿਓ, ਇਹ ਹੈ ਇੱਕ ਸੌਦਾ, ਇਹ ਬਜ਼ਾਰੀ ਸੌਦਾ ਹੈ। ਕਹਿੰਦੇ ਗੁਰੂ ਸਾਹਿਬ ਕਹਿੰਦੇ ਇਹ ਬਜ਼ਾਰੀ ਸੌਦਾ ਗੁਰੂ ਨਾਲ ਨਹੀਂ ਚੱਲੇ। ਹੁਣ ਗੁਰੂ ਸਾਹਿਬ ਕੀ ਕਹਿੰਦੇ ਆ, ਐਸੇ ਲੋਕ ਅਸੀਂ ਵੇਖਦੇ ਹਾਂ ਸੇਵਾਦਾਰ, ਸੇਵਾ ਕਰਨ ਵਾਲੇ ਗੁਰਮੁਖ ਪਿਆਰੇ ਵੀ ਹੈ ਔਰ ਸੇਵਾਦਾਰ ਮਤਲਬ ਪ੍ਰਸਤ ਵੀ ਹੈ, ਸੇਵਾਦਾਰ ਆਪਣੀਆਂ ਲੋੜਾਂ ਨੂੰ ਵੀ ਆਉਂਦੇ ਆ। ਗੁਰੂ ਸਾਹਿਬ ਕਹਿੰਦੇ ਆ ਵੀ ਸਲਾਮ ਜਵਾਬ ਦੋਨੋਂ ਕਰੈ ਮੁੰਡੋ ਪੁੱਥਾ ਜਾਏ, ਨਾਨਕ ਦੋਵੇ ਕੂੜੀਆਂ ਥਾਏ ਨਕੋ
सेवा का सेवा भी करता है, पर एक समा आता भी बड़ी सलाम भी करता, बड़ा सत्कार भी करता, सेवा भी करता। एक समा आता जो कि कह दिता भाई फलाना काम करी तो कहें नहीं जी मेरे को टाइम नहीं मैं चलिया फलाने साथ। नहीं, गुरु का हुक्म सिर मत्थे दे सत बन के जो उसके हिरदे च वरतेगा उदो गुरु की कृपा होगी। तो हमने गुरु साहब ने बख्शिश दी, परमेश्वर दिता बन्ना दुख रोग का डेरा पन्ना, अनंत करा नर नारी हर प्रभ कृपा धारी। वो सारे शरीर के सारे संसार के शरीर के उत्ते सारे संसार के बंदियों के उत्ते वो ऐसी कृपा करता है कि वह दुखों का डेरा जोड़ा है वह छम के भिन्न हो जाता। पर जे कोई ऐसा है कि सलाम भी करे तो जवाब भी करे तो फिर भाई मुंडो पुथा जाए कहते उन्होंने कुछ नहीं मिलता। जोड़ा वजो भी दूना जो मतलब सेवा की होंगी है मत थोड़ी, पिछले बारी सेवा की विचार चली सी मत थोड़ी सेव गवाई है, तो इस मत थोड़ी की वजह करके बहुत लोग जोड़े है गुरु तो बेमुख हो जाते हैं। तो जो बेमुख हो जाते ना बेमुख होए राम ते लगन जन्म बिजोग, ये गुरु की कृपा। हुण अगे गुरु साहब बख्शिश करते हैं भाई पौड़ी दे विच, मैं पौड़ी तुहानू समझा रहा हाँ। गुरु साहब बख्शी कहे जित सेवे है सुख पाई है सो सहज सहब सदा संभाली है, जित कीता पाइए अपना सा काल बुरी क्यों काली है, मंदा मूल न की चीज ते लम्मी नदर निहाली है, जो साहेब नाल नहारी है ते विहा पासा टाली है, किचलाहे उपर काली है किचलाहे उपर काली है। हुण पौड़ी दे विच गुरु साहब सानू ये समझाउंदे आ भाई गुरमुखो अगर जे गुरु तो कुछ लैना है गुरु की कृपा प्राप्त करनी है ते की करो साहिब नूं हमेशा याद करते रहो, अपने हिरदे दे विच उसका शुकराना करो उसका सिमरन करो और उस नूं अपने चित्त दे विच वसा के ऐसी कर्म करो ऐसी काल कर लो कि जिस का फल सानू अगे जा के मंदा ना मिले साडे मूँह दे उत्ते कालख ना लगे। का ऐसी गुरु साहब कहिंदे ऐ ऐसी का सा काल बुरी क्यों करिए, भी बुरे कर्म असी क्यों करिए जिहदा फल सानू बुरा मिले और सानू नरक दे विच जाना पवे सानू गुरु तो बेमुख होना पवे। गुरु साहब कहिंदे नहीं भाई ऐसी ध्यान रखो हिरदे दे विच कि गुरु मेहरबान है गुरु कृपा देण वाला है गुरु बख्शां देण वाला है, गुरु अवश्य ही अपनी जीव आत्मा की बेनती जिहड़ी आ उह प्रवान करदा है। तो फिर इस तरह के नाल जो लम्मी नज़र सोच के तुसी उस मौके नूं संभालोगे और उस दे मौके दे उत्ते गुरु की सेवा गुरु भावें तुहानूं औखा भी होना पवे। इतिहास दे विच्चों ऐसी है कि एक सिख नूं गुरु साहब ने मतलब एक बचन होया कि गुरु साहब ने एक तोता पसंद किया सी, मैं पूरी कहानी नहीं सुना रहा, पर वो तोता गुरु साहब ने लिया नहीं और एक सिख नूं मन च आया कि मैं ये गुरु साहब नूं भेंट कर दिया और उसने अपने घर वाली उस तोते वाले नूं दे के और तोता लैके गुरु नूं भेंट कर दिता। ऐसी भी अवस्था साहब काल बुरी क्यों काली है, यानी गुरु के प्रति चंगी भावना रख के जो तुसीं कुछ भी कर्म करोगे भावें वह गलत क्यों ना हो। संसार दे विच देखो घरवाले नूं किसे नूं दे देना बुरा है, पर नहीं गुरु के प्रति जो भावना है तो बुरी काल नहीं है ये चंगी है। औखा हो के भी अगर गुरु की सेवा करनी पवे तो गुरु साहब कहिंदे है भाई वो वर्गी रीस नहीं है फिर तुहानूं गुरु की कृपा प्राप्त हो जाए। साध संगत जी गुरु साहब कहिंदे है भी चाकर लगे चाकरी नाले गार बवाद, गल्ला करे कनेरियां खसम ना पाए साद। इस दूसरे श्लोक दे विच फिर गुरु साहब सानूं समझाउंदे है भाई असी चाकरी किहो जी करनी है। आम लोग नाले चाकरी करते हैं नाले होमे करते हैं, गुरु के दर ते भी आना गुरु तो मंगना भी है और अपनी मैं नहीं छड़नी अपनी होमे नहीं छड़नी अपना जोर नहीं छड़ना अपना धक्का नहीं छड़ना अपने कर्म जिहड़े आ उह मनमुखता दे करी रखने हैं। तो गुरु साहब कहिंदे आ भाई ये गल्लां नाल कुछ नहीं बनने वाला, गल्लां करिया कुछ नहीं होना, परमात्मा की कृपा तो ता ही मिलती है। आप गवाए सेवा करें ता किछ पाए माण, नानक जिसनों लगा तिस मिले,
ਲੱਗਾ ਸੋ ਪਰਵਾਣ। ਗੁਰੂ ਸਾਹਿਬ ਕਹਿੰਦੇ ਵੀ ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣ ਜਾਏਗੀ, ਆਪ ਗਵਾ ਕੇ ਤੁਸੀਂ ਸੇਵਾ ਕਰੋਗੇ ਅਤੇ ਜਿਸ ਦੀ ਸੇਵਾ ਕਰ ਰਹੇ ਹੋ, ਭਾਵ ਪਰਮਪਿਤਾ ਪਰਮਾਤਮਾ ਦੀ ਸੇਵਾ ਕਰ ਰਹੇ ਹੋ, ਤੁਹਾਨੂੰ ਪਰਮਾਤਮਾ ਆਪਣੇ ਵਰਗਾ ਬਣਾ ਦੇਗਾ। ਆਪਣੇ ਗੁਣ ਦੇ ਕੇ ਸਾਰੇ, ਆਪਣੇ ਸੁੱਖ ਦੇ ਕੇ ਸਾਰੇ, ਆਪਣੀਆਂ ਖੁਸ਼ੀਆਂ ਦੇ ਕੇ ਸਾਰੇ, ਆਪਣੇ ਭੰਡਾਰਿਆਂ ਦੀਆਂ ਚਾਬੀਆਂ ਤੁਹਾਨੂੰ ਦੇ ਕੇ ਸਾਰੇ, ਅਤੇ ਉਹ ਤੁਹਾਡੇ ਉੱਤੇ ਮਿਹਰਬਾਨੀ ਕਰਕੇ ਤੁਹਾਨੂੰ ਸੁੱਖਾਂ ਵਾਲਾ ਬਣਾ ਦੇਗਾ, ਖੁਸ਼ੀਆਂ ਵਾਲਾ ਬਣਾ ਦੇਗਾ, ਜਗਤ ਦੇ ਵਿੱਚ ਰਾਜਾ ਬਣਾ ਦੇਗਾ। ਖਾਲਸ ਰਾਜ ਕਰੇਗਾ, ਖਾਲਸਾ ਜਿਹੜੀ ਗੱਲ ਹੈ ਨਾ, ਉਹ ਇਹੀ ਗੱਲ ਹੈ। ਖਾਲਸ ਜਿਹੜਾ ਖਾਲਸ ਸੁੱਧ ਹਿਰਦੇ ਤੋਂ ਹੋ ਗਿਆ, ਉਹ ਰਾਜ ਕਰੇਗਾ, ਉਸ ਨੂੰ ਰਾਜ ਦੀ ਪ੍ਰਾਪਤੀ ਹੋ ਜਾਏ। ਉਹ ਸਾਧ ਸੰਗਤ ਜੀ, ਇਤਿਹਾਸ ਦੇ ਵਿੱਚੋਂ ਕੁਛ ਉਦਾਹਰਣ ਆਪ ਜੀ ਨੂੰ ਦੇਣ ਲੱਗਾ ਕਿ ਇਸ ਤਰ੍ਹਾਂ ਦੀ ਅਵਸਥਾ ਗੁਰੂ ਸਾਹਿਬ ਦੇ ਹੁੰਦਿਆਂ ਵੀ ਲੋਕਾਂ ਨੇ ਚਾਕਰ ਲੱਗੇ ਚਾਕਰੀ ਨਾਲੇ ਕਰ ਵਿਵਾਦ, ਪੰਚਮ ਪਾਤਸ਼ਾਹ ਦੇ ਨਾਲ ਉਹਨਾਂ ਦੇ ਹੀ ਭਰਾ ਪਿਰਥੀਏ ਨੇ ਇਸ ਤਰ੍ਹਾਂ ਦੀ ਅਵਸਥਾ ਵਰਤੀ ਔਰ ਉਸ ਪਿਰਥੀਏ ਦਾ ਕੱਖ ਨਹੀਂ। ਉਸ ਦੇ ਪੁੱਤਰ ਮਿਹਰਬਾਨ ਨੇ ਗੁਰੂ ਸਾਹਿਬ ਨਾਲ ਦਵੇਸ਼ ਰੱਖਿਆ, ਲੜਾਈ ਕਰਦਾ ਰਿਹਾ, ਸਮੇਂ ਸਮੇਂ ਸਿਰ ਗੁਰੂ ਸਾਹਿਬ ਦੇ ਵਿਰੁੱਧ ਸ਼ਿਕਾਇਤਾਂ ਵੀ ਲਾਉਂਦਾ ਰਿਹਾ। ਉਸ ਦੇ ਪੁੱਤਰ ਧੀਰਮਲ ਨੇ ਵੀ ਨਵੇਂ ਪਾਤਸ਼ਾਹ ਦੇ ਉੱਤੇ ਗੋਲੀ ਚਲਾਈ। ਗੁਰੂ ਸਾਹਿਬਾਂ ਦੇ ਸਮੇਂ ਦੇ ਹੁੰਦਿਆਂ ਵੀ ਐਸੇ ਸਿੱਖ ਵੀ ਵਿੱਚ ਸੀ ਜਿਹੜੇ ਅਕ੍ਰਿਤ ਕੰਨ ਸੀ, ਚਾਕਰੀ ਆਪਦੇ ਜਿਹੜੇ ਕਹਿੰਦੇ ਸੀ ਅਸੀਂ ਗੁਰੂ ਦੀ ਕਰਦੇ ਹਾਂ, ਅੰਦਰਲੇ ਪਾਸੇ ਬੇਈਮਾਨੀ ਸੀ ਔਰ ਬੇਈਮਾਨੀ ਦੇ ਨਾਲ ਗੁਰੂ ਦੀ ਉਹ ਵਿਰੋਧ ਕਰਦੇ ਸੀ। ਇਸੇ ਤਰ੍ਹਾਂ ਹੀ ਇਤਿਹਾਸ ਦੇ ਵਿੱਚੋਂ ਜੇ ਮੈਂ ਇੱਕ ਤੁਹਾਨੂੰ ਗੱਲ ਲੈਣ ਲੱਗਿਆ, ਪੈਂਦੇ ਖਾਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਵਿੱਚ ਹੋਇਆ। ਪੈਂਦੇ ਖਾਂ ਮੁਸਲਮਾਨ ਸੀ, ਉਸ ਨੂੰ ਗੁਰੂ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਾਰੀਆਂ ਖੁਸ਼ੀਆਂ ਬਖਸ਼ ਦਿੱਤੀਆਂ, ਸਾਰੀ ਉਸ ਦੀ ਬਚਪਨ ਤੋਂ ਲੈ ਕੇ ਉਸ ਦੀ ਪਾਲਣਾ ਜਿਹੜੀ ਸੀ ਗੁਰੂ ਸਾਹਿਬ ਹਰਗੋਬਿੰਦ ਸਾਹਿਬ ਨੇ ਕੀਤੀ ਔਰ ਹਰਗੋਬਿੰਦ ਸਾਹਿਬ ਨੇ ਉਸ ਨੂੰ ਇੰਨਾ ਬਲਵਾਨ ਬਣਵਾ ਦਿੱਤਾ ਕਿ ਸਾਰੇ ਹਿੰਦੁਸਤਾਨ ਦੇ ਵਿੱਚੋਂ ਉਹ ਸ੍ਰੇਸ਼ਟ ਪਹਿਲਵਾਨ ਮੰਨਿਆ ਜਾਂਦਾ ਸੀ। ਇੰਨੀ ਤਾਕਤ ਸੀ ਕਿ ਇਤਿਹਾਸ ਲਿਖਦਾ ਕਿ ਉਹ ਦੋ ਸਾਂਢਾਂ ਨੂੰ ਆਪਸ ਵਿੱਚ ਦੀ ਪੜਾ ਦਿੰਦਾ ਹੁੰਦਾ ਸੀ ਔਰ ਮਾਰ ਦਿੰਦਾ ਹੁੰਦਾ ਸੀ। ਸਿੱਕੇ ਚਾਂਦੀ ਦੇ ਉਹਨਾਂ ਦੇ ਨਾਲ ਚੱਲਦੇ ਹੁੰਦੇ ਸੀ, ਉਹਨਾਂ ਨੂੰ ਹੱਥ ਨਾਲ ਮਸਲ ਕੇ ਉਹਨਾਂ ਦੇ ਜਿਹੜੇ ਅੱਖਰ ਲਿਖੇ ਹੁੰਦੇ ਸੀ ਉਹ ਮਿਟ ਦਿੰਦਾ। ਇੰਨੀ ਤਾਕਤ ਸੀ ਉਸ ਦੇ ਵਿੱਚ। ਹੁਣ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਕੀ ਹੋਇਆ, ਤਿੰਨ ਯੁੱਧ ਗੁਰੂ ਸਾਹਿਬ ਦੇ ਆ ਪਏ ਔਰ ਉਹਨਾਂ ਤਿੰਨਾਂ ਯੁੱਧਾਂ ਦੇ ਵਿੱਚ ਉਹ ਪੈਂਦੇ ਖਾਨ ਨੇ ਬੜੀ ਬਹਾਦਰੀ ਦੇ ਨਾਲ ਗੁਰੂ ਸਾਹਿਬ ਦਾ ਸਹਿਯੋਗ ਦਿੱਤਾ। ਗੁਰੂ ਸਾਹਿਬ ਨੇ ਬੜੀਆਂ ਖੁਸ਼ੀਆਂ ਕੀਤੀਆਂ, ਉਸ ਨੂੰ ਉਸ ਦਾ ਵਿਆਹ ਵੀ ਕਰਵਾਇਆ, ਉਸ ਨੂੰ ਘਰ ਵੀ ਦਿੱਤਾ ਔਰ ਅਖੀਰ ਇੱਕ ਦਿਨ ਗੁਰੂ ਸਾਹਿਬ ਦੇ ਲੜਕੇ ਗੁਰਦਿੱਤਾ ਜੀ ਦੇ ਕਹਿਣ ਦੇ ਉੱਤੇ ਉਸ ਨੂੰ ਇੰਨਾ ਸਨਮਾਨ ਦਿੱਤਾ ਕਿ ਵਰਦੀ ਦਿੱਤੀ, ਕਲਗੀ ਦਿੱਤੀ, ਘੋੜਾ ਦਿੱਤਾ, ਬਾਜ ਦਿੱਤਾ, ਕਿਰਪਾਨ ਦਿੱਤੀ, ਯਾਨੀ ਇੰਨਾ ਸਨਮਾਨ ਦਿੱਤਾ ਕਿ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚੋਂ ਸ੍ਰੇਸ਼ਟ ਸਨਮਾਨ ਸੀ ਉਸ ਪੈਂਦੇ ਖਾਨ ਨੂੰ ਦਿੱਤਾ। ਔਰ ਅਸੀਂ ਬੇਸ਼ੱਕ ਮੁਸਲਮਾਨ ਸੀ ਪਰ ਗੁਰੂ ਦੀ ਸੇਵਾ ਕਰਦਾ ਸੀ। ਪਰ ਹੋਇਆ ਕਿ ਜਦੋਂ ਤਿੰਨ ਯੁੱਧ ਜਿੱਤੇ ਅਤੇ ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਚਾਕਰੀ ਤਾਂ ਕਰਦਾ ਸੀ ਪਰ ਕੀ ਹੋਇਆ ਕਿ ਇੱਕ ਗਰਭ ਪੈਦਾ ਹੋ ਗਿਆ, ਹੰਕਾਰ ਪੈਦਾ ਹੋ ਗਿਆ ਮਨ ਦੇ ਵਿੱਚ, ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ। ਔਰ ਉਹ ਜਦੋਂ ਸੰਗਤਾਂ ਆਉਂਦੀਆਂ ਔਰ ਸੰਗਤਾਂ ਦੇ ਨਾਲ ਗੱਲ ਕਰਦਾ, ਸੰਗਤਾਂ ਨੂੰ ਪਤਾ ਲੱਗਦਾ ਵੀ ਇਹ ਪੈਂਦੇ ਖਾਣ ਪਹਿਲਵਾਨ ਆ, ਬੜਾ ਬਲਵਾਨ ਹੈ, ਬੜੀ ਗੁਰੂ ਦੀ ਕਿਰਪਾ ਹੈ, ਅਤੇ ਉਹ ਗੱਲਾਂ ਗੱਲਾਂ ਦੇ ਵਿੱਚ ਪਤਾ ਕੀ ਹੈ ਉਹਦੇ ਮਨ 'ਚ ਹੰਕਾਰ ਆ ਗਿਆ। ਔਰ ਉਹ ਸੰਗਤਾਂ ਨੂੰ ਪਤਾ ਕੀ ਕਹਿੰਦਾ ਹੈ ਕਿ ਆਹ ਤਿੰਨ ਯੁੱਧ ਜਿਹੜੇ ਮੈਂ ਜਿੱਤੇ ਹੈ ਨਾ, ਇਹ ਮੇਰੇ ਨਾਲ ਹੀ ਜਿੱਤੇ ਗਏ ਹੈ, ਵਰਨਾ ਕਿੱਥੇ ਜਿੱਤੇ ਜਾਣੇ ਸੀ। ਯਾਨੀ ਮਨ ਦੇ ਵਿੱਚ ਗਰਵ ਆ ਗਿਆ, ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਪਰਮਾਤਮਾ ਦੀ ਕਿਰਪਾ ਨਹੀਂ ਪ੍ਰਾਪਤ ਹੁੰਦੀ ਫਿਰ ਐਸੀਆਂ ਗੱਲਾਂ ਕਰਕੇ। ਪੈਂਦੇ ਖਾਣ ਵੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਏ। ਹੁਣ ਪੈਂਦੇ ਖਾਣ ਦੀਆਂ ਇਹਨਾਂ ਗੱਲਾਂ ਨੂੰ ਸੰਗਤਾਂ ਨੇ ਆਪਸ ਵਿੱਚ ਵੀ ਮਹਿਸੂਸ ਕੀਤਾ, ਗੁਰੂ ਸਾਹਿਬ ਨੇ ਵੀ ਸੁਣਿਆ ਵੀ ਪੈਂਦੇ ਨੂੰ ਹੰਕਾਰ ਹੋ ਗਿਆ, ਇਹ ਤਾਂ ਕੰਮ ਮਾੜਾ ਹੋ ਗਿਆ। ਚਲੋ ਗੱਲ ਬਣੀ ਉਸ ਸਮੇਂ ਦੇ ਮੁਤਾਬਕ ਸ਼ਾਹਜਹਾਂ ਦਾ ਇੱਕ ਫੌਜਦਾਰ ਕੋਈ ਉਸ ਇਲਾਕੇ ਦੇ ਵਿੱਚ ਆਇਆ, ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ, ਔਰ ਉਹਦਾ ਬਾਜ ਜਿਹੜਾ ਸੀ ਉਹ ਵਾਹਿਗੁਰੂ ਉਹਦਾ ਬਾਜ ਜਿਹੜਾ ਸੀ ਨਾ ਉਹ ਜਦੋਂ ਸ਼ਿਕਾਰ ਦੇ ਪਿੱਛੇ ਛੱਡਿਆ ਅਤੇ ਉਹ ਸ਼ਿਕਾਰ ਜਿਹੜਾ ਸੀ ਸ਼ਿਕਾਰ ਦੇ ਪਿੱਛੇ ਪਿੱਛੇ ਅਤੇ ਗੁਰੂ ਸਾਹਿਬਾਂ ਦੇ ਬਾਜ ਨਾਲ ਆ ਕੇ ਰਲ ਗਿਆ। ਔਰ ਜਿੱਥੇ ਗੁਰੂ ਸਾਹਿਬਾਂ ਦਾ ਬਾਜ ਬੈਠਾ ਸੀ ਉੱਥੇ
ਇਹ ਭਾਈ ਗੁਰੂ ਦਿੱਤਾ ਜੀ ਬਾਜ ਦਾ ਸ਼ਿਕਾਰ ਕਰਨ ਵਾਸਤੇ ਗਏ ਹੋਏ ਸੀ, ਉੱਥੇ ਮਤਲਬ ਜਦੋਂ ਬੈਠਾ ਤਾਂ ਉਹਨਾਂ ਸਿੱਖਾਂ ਨੇ ਗੁਰਦਿੱਤੇ ਦੇ ਜਿਹੜੇ ਸੇਵਾਦਾਰ ਸੀ ਭਾਈ ਗੁਰਦਿੱਤਾ ਜੀ ਦੇ, ਉਹਨਾਂ ਨੇ ਉਸ ਬਾਜ ਨੂੰ ਪਕੜ ਲਿਆ ਅਤੇ ਉਹ ਸ਼ਾਹਜਹਾਨ ਦੇ ਜਿਹੜੇ ਜੈਲ ਜਥੇ ਉਹ ਸੀਗਾ ਫੌਜਦਾਰ ਸੀ, ਉਸ ਨੇ ਕਿਹਾ ਭਾਈ ਮੈਨੂੰ ਬਾਜ ਦੇ ਦਿਓ। ਗੁਰੂ ਸਾਹਿਬ ਨੇ ਅਖੀਰ ਜਵਾਬ ਦਿੱਤਾ, ਪਹਿਲਾਂ ਸਿੱਖਾਂ ਨੇ ਜਵਾਬ ਦਿੱਤਾ, ਭਾਈ ਇਹ ਬਾਜ ਸਾਡੀ ਸ਼ਰਨ ਦੇ ਵਿੱਚ ਆਇਆ ਔਰ ਸ਼ਰਨਾਗਤ ਆਏ ਦੀ ਅਸੀਂ ਲਾਜ ਰੱਖਦੇ ਹਾਂ, ਅਸੀਂ ਉਸ ਨੂੰ ਵਾਪਸ ਨਹੀਂ ਦੇ ਸਕਦੇ। ਗੁਰੂ ਸਾਹਿਬ ਨੇ ਕਿਹਾ ਭਾਈ ਇਹ ਬਾਜ ਸਾਡੀ ਸ਼ਰਨ ਦੇ ਵਿੱਚ ਆਇਆ ਔਰ ਸ਼ਰਨ ਦੇ ਵਿੱਚ ਆਇਆ, ਇਹ ਸਾਡਾ ਹੈ। ਪਰ ਕੀ ਹੋਇਆ ਕਿ ਉਹ ਫੌਜਦਾਰ ਲੜਾਈ ਲੈ ਕੇ ਆ ਗਿਆ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਦਿਨ ਉਸ ਪੈਂਦੇ ਖਾਨ ਨੂੰ ਵੇਖਿਆ ਵੀ ਜਿਹੜੀ ਇਹਨੂੰ ਕਲਗੀ, ਜਿਹੜੀ ਇਹਨੂੰ ਵਰਦੀ, ਜਿਹੜੀ ਇਹਨੂੰ ਘੋੜਾ, ਜਿਹੜੀ ਇਹਨੂੰ ਕਿਰਪਾਨ, ਜਿਹੜੀ ਇਹਨੂੰ ਬਾਜ ਦਿੱਤਾ ਹੈ, ਇਹਨੂੰ ਕਿਹਾ ਸੀ ਵੀ ਤੂੰ ਹਰ ਰੋਜ਼ ਦਰਬਾਰ ਦੇ ਵਿੱਚ ਪਹਿਰ ਕੇ ਆਇਆ ਕਰ। ਪਰ ਉਦੋਂ ਦਾ ਇਹ ਆ ਹੀ ਨਹੀਂ ਰਿਹਾ। ਕਾਰਨ ਕੀ ਸੀ ਕਿ ਉਹ ਬਾਜ ਔਰ ਉਹ ਸਮਾਨ ਜਿਹੜਾ ਸੀ ਨਾ, ਉਹ ਉਸਦੇ ਜਵਾਈ ਨੇ ਖੋਹ ਕੇ ਅਤੇ ਆਪਦੇ ਕਬਜ਼ੇ 'ਚ ਕਰ ਲਿਆ। ਹੁਣ ਗੁਰੂ ਸਾਹਿਬ ਨੂੰ ਪਤਾ ਲੱਗਿਆ ਵੀ ਇਹ ਪਾਉਂਦਾ ਨਹੀਂ ਗਾ। ਗੁਰੂ ਸਾਹਿਬ ਨੇ ਸਿੱਖ ਭੇਜ ਕੇ ਬੁਲਾਇਆ, ਭਾਈ ਪੈਂਦੇ ਖਾਨ ਨੂੰ ਬੁਲਾਓ। ਪੈਂਦੇ ਖਾਨ ਨੂੰ ਬੁਲਾਇਆ, ਪੈਂਦੇ ਖਾਨ ਦੇ ਮਨ ਦੇ ਵਿੱਚ ਉਦੋਂ ਖੋਟ ਪੈਦਾ ਹੋ ਚੁੱਕਾ, ਗਰਭ ਹੰਕਾਰ ਪੈਦਾ ਹੋ ਚੁੱਕਾ ਸੀ। ਪੈਂਦੇ ਖਾਨ ਆਇਆ ਉਵੇਂ ਜਿਕਰੀ ਜਿਵੇਂ ਬੈਠਾ ਸੀ, ਉਵੇਂ ਜਿਕਰੀ ਡੇ ਪਾ ਕੇ ਗੁਰੂ ਦਾ ਹੁਕਮ ਨਹੀਂ ਮੰਨਿਆ ਮੈਂ ਵਰਦੀ, ਕਿਉਂਕਿ ਵਰਦੀ ਉਹ ਭਾਵੇਂ ਉੱਥੇ ਪਈ ਸੀ ਉਹਦੇ ਘਰੇ ਹੀ, ਪਰ ਉਹ ਪਾ ਕੇ ਨਹੀਂ ਆਇਆ। ਗੁਰੂ ਸਾਹਿਬ ਨੇ ਕਿਹਾ ਭਾਈ ਤੈਨੂੰ ਕਿਹਾ ਸੀਗਾ ਵੀ ਤੂੰ ਸਨਮਾਨ ਤੈਨੂੰ ਦਿੱਤਾ ਹੈ ਅਤੇ ਤੂੰ ਵਰਦੀ ਪਹਿਰ ਕੇ ਆਇਆ ਕਰ ਦਰਬਾਰ ਦੇ ਵਿੱਚ, ਅਤੇ ਤੂੰ ਨਾ ਉਦੋਂ ਦਾ ਦਰਬਾਰ 'ਚ ਆਉਣਾ ਨਾ, ਅਤੇ ਤੂੰ ਉਹ ਵਰਦੀ ਕਿੱਥੇ ਹੈ, ਬਾਜ ਕਿੱਥੇ ਹੈ? ਨਾ ਜੀ ਆਵਾਜ਼ ਤਾਂ ਜੀ ਵਰਦੀ ਤਾਂ ਹੈ ਨਹੀਂ ਜੀ। ਕਰਦਿਆਂ ਕਰਾਉਂਦਿਆਂ ਗੁਰੂ ਸਾਹਿਬ ਨੇ ਉਸ ਨੂੰ ਇਹ ਕਿਹਾ ਭਾਈ ਉਹ ਵਰਦੀ ਕਿੱਥੇ ਗਈ? ਨਾ ਸੱਚੇ ਪਾਤਸ਼ਾਹ ਵਰਦੀ ਤਾਂ ਹੈ ਨਹੀਂ ਗੀ ਜੀ। ਕਰਦਿਆਂ ਕਰਾਉਂਦਿਆਂ ਉਹ ਇੱਥੋਂ ਤੀਕਰ ਗਿਰ ਗਿਆ ਕਿ ਗੁਰੂ ਸਾਹਿਬ ਦੀ ਗੱਦੀ ਦੀ ਸੁਗੰਧ ਪਾਉਣੀ ਸ਼ੁਰੂ ਕਰਤੀ। ਸੱਚੇ ਪਾਤਸ਼ਾਹ ਮੇਰੇ ਕੋਲ ਨਹੀਂ ਆ, ਮੇਰੇ ਕੋਲ ਨਹੀਂ, ਪਰ ਤੈਨੂੰ ਦਿੱਤੀ ਸੀ ਤੂੰ ਪੈਰ ਕੇ ਕਿਉਂ ਨਹੀਂ ਆਉਂਦਾ? ਅਖੀਰ ਕਰਦਿਆਂ ਕਰਾਉਂਦਿਆਂ ਨਾ ਹੁਣ ਗੁਰੂ ਸਾਹਿਬ ਜਾਣੀ ਜਾਣ ਸੀ ਵੀ ਵਰਦੀ ਤਾਂ ਇਹਦੇ ਘਰੇ ਪਈ ਹੈ, ਪਰ ਇਹ ਜਾਣ ਕੇ ਨਹੀਂ ਪਾ ਕੇ ਆਉਂਦਾ। ਹੁਣ ਗੁਰੂ ਸਾਹਿਬ ਨੇ ਕੀ ਕਰਿਆ ਕਿ ਬਿਧੀ ਚੰਦ ਨੂੰ ਇਸ਼ਾਰਾ ਕੀਤਾ, ਭਾਈ ਬਿਧੀ ਚੰਦ ਇਸ਼ਾਰਾ ਕੀਤਾ ਵੀ ਜਾ ਇਹਦੇ ਘਰੇ ਜਾ। ਉਹ ਉਹਦੇ ਪਿੰਡ ਗਿਆ ਬਿਧੀ ਚੰਦ। ਬਿਧੀ ਚੰਦ ਨੇ ਦੀਵਾਰ ਚੜ੍ਹ ਕੇ ਚੁਬਾਰੇ ਦੇ ਉੱਪਰ ਉਹ ਵਰਦੀ ਪਈ ਸੀ ਔਰ ਉਸਮਾਨ ਪਿਆ ਸੀਗਾ, ਉਹ ਲਿਆ ਕੇ ਅਤੇ ਗੁਰੂ ਸਾਹਿਬ ਦੇ ਦਰਬਾਰ 'ਚ ਹਾਜ਼ਰ ਕਰ ਦਿੱਤਾ। ਜਦੋਂ ਦਰਬਾਰ ਦੇ ਵਿੱਚ ਹਾਜ਼ਰ ਕੀਤਾ ਤਾਂ ਹੁਣ ਪੈਂਦਾ ਜਿਹੜਾ ਸੀ ਬਿਸ਼ਰਮ ਹੋ ਗਿਆ। ਗੁਰੂ ਨੂੰ ਵੀ ਭੁੱਲ ਗਿਆ ਵੀ ਗੁਰੂ ਜਾਣੀ ਜਾਣਾ ਸਾਰੀਆਂ ਗੱਲਾਂ ਦਾ, ਗੁਰੂ ਕਿਰਪਾ ਦ੍ਰਿਸ਼ਟੀ ਕਰ ਸਕਦਾ। ਦੇਖੋ ਅਸੀਂ ਗੁਰੂ ਦੇ ਦਰ 'ਤੇ ਆਉਂਦੇ ਹਾਂ ਮੰਗਣ ਵਾਸਤੇ, ਪਰ ਜਦੋਂ ਸਾਡੇ ਮਨ ਦੇ ਵਿੱਚ ਇੱਕ ਹੰਕਾਰ ਪੈਦਾ ਹੋ ਜਾਂਦਾ, ਇੱਕ ਲਾਲਚ ਪੈਦਾ ਹੋ ਜਾਂਦਾ, ਇੱਕ ਐਸੀ ਬਦਨੀਤੀ ਪੈਦਾ ਹੋ ਜਾਂਦੀ ਹੈ, ਉਦੋਂ ਅਸੀਂ ਗੁਰੂ ਨੂੰ ਵੀ ਸਮਰੱਥਤਾ ਜਿਹੜੀ ਹੁੰਦੀ ਹੈ ਉਹ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਉਹ ਪੈਂਦਾ ਵੀ ਐਵੇਂ ਕਰਨ ਲੱਗ ਗਿਆ, ਨਹੀਂ ਸੱਚੇ ਪਾਤਸ਼ਾਹ ਇਹ ਤਾਂ ਤੁਸੀਂ ਮੇਰੇ ਆਪ ਮੇਰੇ ਸਿਰ ਚੜ੍ਹ ਮਤਲਬ ਮੜੀ ਜਾਂਦੇ ਹੋ, ਮੇਰੇ ਕੋਲ ਨਹੀਂ ਸੀ ਇਹ, ਇਹ ਤੁਹਾਡਾ ਸਿੱਖ ਪਤਾ ਨਹੀਂ ਕਿੱਥੋਂ ਲੈ ਕੇ ਆਇਆ, ਮੈਨੂੰ ਤਾਂ ਉਲਟਾ ਬੋਲਣ ਲੱਗ ਗਿਆ, ਮੈਨੂੰ ਤੁਹਾਡੀ ਗੱਦੀ ਦੀ ਸਮਝ, ਮੈਨੂੰ ਤੁਹਾਡੀ ਸੌਂ। ਗੁਰੂ ਸਾਹਿਬ ਕਹਿਣ ਲੱਗੇ ਭਲਿਆ ਲੋਕਾਂ ਤੂੰ ਕਿਉਂ ਝੂਠਾ ਬੋਲੀ ਜਾਂਦਾ, ਕਿਉਂ ਝੂਠ ਬੋਲਦਾ, ਸੱਚ ਚ ਆ, ਕਿਉਂ ਕਿਉਂ ਮਤਲਬ ਰਸਤੇ ਨੂੰ ਆਪਣੇ ਨੂੰ ਖਰਾਬ ਕਰਦੇ? ਨਹੀਂ ਗੁਰੂ ਸਾਹਿਬ ਨੂੰ ਜੀ, ਨਾ ਜੀ ਤੁਸੀਂ ਤਾਂ ਮੈਨੂੰ ਐਵੇਂ ਜਾਣ ਕੇ ਤੱਕ ਬੇਈਮਾਨ ਕਰਦੇ ਹੋ, ਫਲਾਣਾ ਕਰਦੇ ਹੋ ਜੀ। ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਵੀ ਇਹਨੂੰ ਕਰ ਦਈਏ ਸਿੱਧਾ। ਗੁਰੂ ਸਾਹਿਬ ਕਹਿਣ ਲੱਗੇ ਨਹੀਂ। ਗੁਰੂ ਸਾਹਿਬ ਨੇ ਕਿਹਾ ਭਾਈ ਇਹਨੂੰ ਬਾਹਰ ਕੱਢ ਦਿਓ, ਕੀਰਤਪੁਰ ਤੋਂ ਬਾਹਰ ਕੱਢ ਦਿਓ। ਅੱਛਾ ਕੀ ਹੋਇਆ ਕਿ ਸਿੱਖਾਂ ਨੇ ਉਹਨੂੰ ਬਾਹਰ ਕੱਢਤਾ, ਰੋਂਦਾ ਪਿੱਟਦਾ, ਮਤਲਬ ਅਖੀਰ ਕੀ ਹੋਇਆ ਕਿ ਗੱਲ ਮੈਂ ਤੁਹਾਨੂੰ ਇੱਥੇ ਲੈ ਕੇ ਆਉਣਾ ਕਿ ਉਹ ਆਪਣੇ ਮੁਸਲਮਾਨ ਭਰਾਵਾਂ ਨੂੰ, ਗੁਰੂ ਨੂੰ ਤਾਂ ਜਿਹੜਾ ਕੋਈ ਕਰਮ ਕੀਤਾ ਸੀ, ਜੋ ਗੁਰੂ ਨੇ ਉਸ 'ਤੇ ਕਲਿਆਣ ਕੀਤਾ ਸੀ, ਜੋ ਗੁਰੂ ਨੇ ਉਸ 'ਤੇ ਮਿਹਰਬਾਨੀਆਂ ਕੀਤੀਆਂ ਸੀ, ਉਹਨੂੰ ਤਾਂ ਭੁਲਾ ਦਿੱਤਾ, ਆਖਰੀ ਧਿਆਨ ਹੋ ਗਿਆ, ਗਰਭ ਹੰਕਾਰ ਦੇ ਵਿੱਚ ਆ ਗਿਆ ਅਤੇ ਜਾ ਕੇ ਆਪਣੇ ਜਲੰਧਰ ਦੇ ਫੌਜਦਾਰ ਨੂੰ ਕੁਤਬਦੀਨ ਨੂੰ ਔਰ ਮੁਗਲ ਖਾਨ ਦਾ ਭਰਾ ਜਿਹੜਾ ਸੀਗਾ ਕਾਲੇ ਖਾਂ, ਉਸ ਨੂੰ ਇਕੱਠਾ ਕਰਕੇ, ਹੋਰ ਮੁਸਲਮਾਨਾਂ ਨੂੰ ਇਕੱਠਾ ਕਰਕੇ ਅਤੇ ਸ਼ਾਹਜਹਾਂ ਤੋਂ ਫੌਜ ਦਾ ਆਰਡਰ ਲੈ ਕੇ ਅਤੇ ਗੁਰੂ ਸਾਹਿਬ ਦੇ ਕਰਤਾਰਪੁਰ ਦੇ ਇਲਾਕੇ ਦੇ ਵਿੱਚ ਗੁਰੂ ਸਾਹਿਬ ਨੂੰ ਹਮਲਾਵਰ ਹੋ ਗਿਆ। ਫੌਜ ਨੇ ਹਮਲਾ ਕਰ ਦਿੱਤਾ। ਉਸ ਹਮਲੇ ਦੇ ਵਿੱਚ ਕਾਲੇ ਖਾਂ ਵੀ ਮਾਰਿਆ ਗਿਆ, ਮੁਗਲਿਸ ਖਾਨ ਦਾ ਭਰਾ ਸੀ ਜਿਹੜਾ, ਔਰ ਕੁਤਬਦੀਨ ਜਲੰਧਰ ਦਾ ਫੌਜਦਾਰ ਜਿਹੜਾ ਸੀ ਉਸ ਸਮੇਂ ਦਾ, ਉਹ ਵੀ ਮਾਰਿਆ ਗਿਆ। ਹੁਣ ਪੈਂਦਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਵੀ ਕਿਉਂ ਲੜਦੇ ਹੋ ਆਪਾਂ, ਆਹਮਣੇ ਸਾਹਮਣੇ ਦੀ ਲੜਾਈ ਸ਼ੁਰੂ ਹੋ ਗਈ।
ਦੋਨਾਂ ਦੀ ਪੈਂਦੇ ਖਾਨ ਦੀ ਅਤੇ ਗੁਰੂ ਸਾਹਿਬ ਦੀ। ਪੈਂਦੇ ਖਾਨ ਨੇ ਬਹੁਤ ਵਾਰ ਕੀਤੇ ਪਰ ਤੀਰ ਕੋਈ ਕੰਮ ਨਹੀਂ ਆਇਆ। ਅਖੀਰ ਗੁਰੂ ਸਾਹਿਬ ਕਹਿਣ ਲੱਗੇ ਪੈਂਦਿਆ ਵੀ ਲੈ ਹੁਣ ਅਖੀਰਲਾ ਵਾਰ ਹੈ, ਤੂੰ ਵਾਰ ਕਰ ਲੈ ਜੇ ਕਰਨਾ ਤਾਂ। ਗੁਰੂ ਸਾਹਿਬ ਨੇ ਉਹਨੂੰ ਵਾਰ ਕਰਨ ਦਾ ਹੁਕਮ ਦਿੱਤਾ ਅਤੇ ਵਾਰ ਉਹਨੇ ਕੀਤਾ ਪਰ ਉਸਦਾ ਬੇਕਾਰ ਚਲਾ ਗਿਆ। ਹੁਣ ਜਦੋਂ ਬੇਕਾਰ ਚਲਾ ਗਿਆ ਨਾ ਤਾਂ ਉਹ ਘੋੜੇ ਤੋਂ ਉੱਤਰ ਕੇ ਅਤੇ ਉਹਨੇ ਸੋਚਿਆ ਕਿਉਂਕਿ ਘੋੜਾ ਇੰਨਾ ਜ਼ੋਰ ਸੀ ਉਹਦਾ ਘੋੜੇ ਨੂੰ ਵੀ ਚੱਕ ਲੈਂਦਾ ਸੀ, ਉਹ ਘੋੜੇ ਦੇ ਥੱਲੇ ਵੜ ਗਿਆ, ਘੋੜੇ 'ਤੇ ਵੀ ਮੈਂ ਘੋੜੇ ਨੂੰ ਚੱਕ ਲਵਾਂ। ਅਤੇ ਗੁਰੂ ਸਾਹਿਬ ਨੇ ਉਹ ਐਡ ਲਾ ਕੇ ਨਾ ਜਿਹੜੀ ਰਕਾਬ ਹੁੰਦੀ ਆ, ਰਕਾਬ ਗੁਰੂ ਸਾਹਿਬ ਦੀ ਇਤਿਹਾਸ ਲਿਖਦਾ ਵੀ ਉਹ ਤੋਂ ਸੱਤ ਸੇਰ ਦੀ ਸੀ, ਉਹਦੇ ਸਿਰ 'ਤੇ ਮਾਰੀ ਪੀੜ ਹੋਈ ਤਾਂ ਬਾਹਰ ਨਿਕਲਿਆ। ਬਾਹਰ ਨਿਕਲਿਆ ਅਤੇ ਪੈਂਦੇ ਖਾਨ ਨੂੰ ਫਿਰ ਗੁਰੂ ਸਾਹਿਬ ਨੇ ਕਿਹਾ ਭਾਈ ਵੇਖ ਲੈ ਵਾਰ ਕਰ ਲੈ। ਵਾਰ ਕੀਤਾ ਔਰ ਉਹ ਵਾਰ ਖਾਲੀ ਗਿਆ। ਔਰ ਫਿਰ ਗੁਰੂ ਸਾਹਿਬ ਨੇ ਕਿਹਾ ਲੈ ਪੈਂਦਿਆ ਹੁਣ ਤਿਆਰ ਹੋ ਤੂੰ। ਗੁਰੂ ਸਾਹਿਬ ਨੇ ਜਿਉਂ ਖੰਡਾ ਵਰਸਾਇਆ ਇੱਥੋਂ ਦੀ ਹੁੰਦਾ ਹੋਇਆ ਜਿਵੇਂ ਆ ਕਿਰਪਾਨ ਦਾ ਗਾਤਰਾ ਹੁੰਦਾ ਨਾ, ਐਂ ਚੀਰ ਗਿਆ ਚੀਰ ਗਿਆ, ਗਿਰ ਪਿਆ ਪੈਂਦੇ ਖਾਨ। ਗੁਰੂ ਸਾਹਿਬ ਕਹਿਣ ਲੱਗੇ ਪੈਂਦਿਆ ਹੁਣ ਤੇਰਾ ਅੰਤ ਸਮਾਂ ਹੈ। ਗੁਰੂ ਸਾਹਿਬ ਨੇ ਫਿਰ ਵੀ ਉਸ ਦੇ ਉੱਤੇ, ਕਿਉਂਕਿ ਉਸਨੂੰ ਪਾਲਿਆ ਸੀ, ਉਸ ਦੇ ਉੱਤੇ ਫਿਰ ਵੀ ਪਿਆਰ ਕੀਤਾ। ਔਰ ਗੁਰੂ ਸਾਹਿਬ ਨੇ ਉਸਨੂੰ ਕਿਹਾ ਪੈਂਦੇ ਖਾਂ ਤੇਰਾ ਅੰਤ ਸਮਾਂ ਹੈ, ਕਲਮਾ ਪੜ੍ਹ ਲੈ, ਭਾਵ ਪਰਮਾਤਮਾ ਦਾ ਨਾਮ ਜੋ ਵੀ ਤੇਰਾ ਇਸ਼ਟ ਹੈ ਉਸਨੂੰ ਯਾਦ ਕਰ ਲੈ। ਹੁਣ ਪੈਂਦੇ ਖਾਂ ਦੇ ਵਿੱਚ ਥੋੜ੍ਹੀ ਜਿਹੀ ਸਾਹ ਸੀਗੇ ਅਤੇ ਉਹ ਕਹਿਣ ਲੱਗਿਆ ਸੱਚੇ ਪਾਤਸ਼ਾਹ ਬਸ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਨਹੀਂ ਪਤਾ ਸੀ, ਮੈਂ ਗਲਤ ਹੋ ਗਿਆ, ਮੈਂ ਭੁੱਲ ਗਿਆ, ਮੈਨੂੰ ਮਾਫ਼ ਕਰ ਲਓ, ਬਸ ਇਹ ਕਲਮਾ ਤੁਹਾਡੀ ਕਿਰਪਾਨ ਹੀ ਤੁਹਾਡਾ ਕਰ ਜਿਹੜੀ ਹੈ ਨਾ ਖੰਡਾ ਹੀ ਤੁਹਾਡਾ ਮੇਰਾ ਕਲਮਾ ਹੈ, ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ, ਮੈਨੂੰ ਕਲਿਆਣ ਕਰ ਦਿਓ, ਭੁੱਲਾਂ ਹੋ ਗਈਆਂ ਸੱਚੇ ਪਾਤਸ਼ਾਹ ਬਖਸ਼ ਲਓ। ਗੁਰੂ ਸਾਹਿਬ ਨੇ ਛਾਂ ਕਰਕੇ ਢਾਲ ਦੀ ਔਰ ਉਸ ਨੂੰ ਪਾਣੀ ਦੇ ਛਿੱਟੇ ਵਾਰ ਕੇ ਔਰ ਪਾਣੀ ਪਿਆਇਆ ਔਰ ਪਾਣੀ ਪਿਆ ਕੇ ਉਹਦੇ ਸਾਹ ਨਿਕਲ ਗਏ। ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਉਸਦਾ ਕਲਿਆਣ ਹੋ ਗਿਆ। ਯਾਨੀ ਗੁਰੂ ਜਦੋਂ ਆਉਂਦਾ ਹੈ, ਸਾਣੇ ਕਹਿੰਦੇ ਨਾ ਸਾਡੇ ਪੰਜਾਬੀ 'ਚ ਕੌਤ ਹੈ ਕਿ ਜੇ ਆਪਦਾ ਮਾਰੇ ਨਾ ਫਿਰ ਵੀ ਛਾਵੇਂ ਸਿੱਖਦਾ। ਗੁਰੂ ਦੇ ਸਿੱਖ ਨੂੰ ਗੁਰੂ ਦਾ ਪਿਆਰ ਸੀ, ਗੁਰੂ ਨੂੰ ਗੁਰੂ ਦੇ ਸਿੱਖ ਦਾ ਪਿਆਰ ਸੀ, ਭਾਵੇਂ ਉਹ ਗਲਤ ਰਸਤੇ ਚੱਲ ਗਿਆ ਸੀ ਪਰ ਸਿੱਧੇ ਰਸਤੇ ਲਾਇਆ ਜਦੋਂ ਅਤੇ ਉਦੋਂ ਪਿਆਰ ਕਰਕੇ ਉਸ ਨੂੰ ਵੀ ਕਲਿਆਣ ਕਰ ਦਿੱਤਾ। ਜਿਵੇਂ ਸੱਤੇ ਬਲਵੰਡ ਨੂੰ ਗੁਰੂ ਸਾਹਿਬ ਨੇ ਬਖਸ਼ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਬਰਾਬਰ ਬਿਠਾ ਦਿੱਤਾ, ਇਵੇਂ ਪੈਂਦੇ ਖਾਨ ਨੂੰ ਵੀ ਗੁਰੂ ਸਾਹਿਬ ਨੇ ਕਲਿਆਣ ਕਰਕੇ ਸੱਚਖੰਡ ਦਾ ਰਸਤਾ ਦੇ ਦਿੱਤਾ। ਤੋ ਸਾਹ ਸਿੰਘ ਜੀ ਗੱਲ ਇਹ ਵੀ ਗਲਤੀ ਹੁੰਦੀ ਹੈ ਬੰਦੇ ਤੋਂ, ਪਰ ਗੁਰੂ ਸਾਹਿਬ ਕਹਿੰਦੇ ਆ ਸਾ ਘਾਲ ਬੁਰੀ ਕਿਉਂ ਘਾਲੀਏ। ਇਹ ਪਹਿਲਾਂ ਹੀ ਧਿਆਨ ਰੱਖੋ ਕਿ ਸਾਡੇ ਕਰਮ ਦੇ ਵਿੱਚ ਐਸੀ ਕੋਈ ਅਵਸਥਾ ਨਾ ਬਣੇ, ਸਾਡਾ ਕੋਈ ਐਸਾ ਕਰਮ ਨਾ ਹੋਵੇ ਜਿਹਦੇ ਨਾਲ ਗੁਰੂ ਜਿਹੜਾ ਹੈ ਉਹ ਸਾਨੂੰ ਅਕ੍ਰਿਤ ਘਣ ਜਾਣੇ, ਅਸੀਂ ਗੁਰੂ ਤੋਂ ਬੇਮੁੱਖ ਹੋ ਜਾਈਏ। ਗੁਰੂ ਦੀ ਸ਼ਰਨ ਦੇ ਵਿੱਚ ਰਹੀਏ, ਗੁਰੂ ਦੇ ਪਿਆਰ ਦੇ ਵਿੱਚ ਰਹੀਏ, ਗੁਰੂ ਦੇ ਸਤਿਕਾਰ ਦੇ ਵਿੱਚ ਰਹੀਏ, ਗੁਰੂ ਦੀ ਸ਼ਰਨਾ ਭਾਵਨਾ ਦੇ ਵਿੱਚ ਰਹੀਏ। ਕਦੇ ਵੀ ਦੁੱਖ ਹੁੰਦਾ, ਕਦੇ ਵੀ ਸੁੱਖ ਹੁੰਦਾ, ਕਦੇ ਵੀ ਗੁਰੂ ਨੂੰ ਉਲਾਂਭਾ ਨਾ ਦੇਈਏ। ਪਰਮ ਪਿਤਾ ਪਰਮਾਤਮਾ ਨੂੰ ਸਿਰਫ ਅੱਗੇ ਕਹੀ ਬਣੇ ਅਰਦਾਸ ਨਾਲ, ਖਸਮ ਦੇ ਨਾਲ ਸਿਰਫ ਅਤੇ ਸਿਰਫ ਖਸਮ ਸਾਡਾ ਪਰਮਾਤਮਾ ਹੈ, ਉਸ ਦੇ ਨਾਲ ਸਿਰਫ ਅਤੇ ਸਿਰਫ ਜੇ ਅਸੀਂ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਤਾਂ ਉਹ ਸਾਡੇ 'ਤੇ ਖੁਸ਼ ਹੋ ਕੇ ਸਾਡੀਆਂ ਭੁੱਲਾਂ ਚੁੱਕਾਂ, ਅਨੇਕਾਂ ਹੀ ਭੁੱਲਾਂ ਚੁੱਕਾਂ, ਅਨੇਕਾਂ ਹੀ ਔਗਣ, ਅਨੇਕਾਂ ਹੀ ਗਲਤੀਆਂ ਆਪਣਾ ਬੱਚਾ ਜਾਣ ਕੇ ਉਹ ਮਾਫ਼ ਕਰ ਦਿੰਦਾ ਹੈ। ਤੋ ਸਾਧ ਸੰਗਤ ਜੀ, ਸਾਧ ਸੰਗਤ ਨੂੰ ਬਸ ਸਿਰਫ ਇਹੀ ਬੇਨਤੀ ਹੈ ਭਾਈ ਅੱਜ ਵੀ ਸਾਡੇ ਨਾਲ ਵੀ ਇਹੀ ਵਰਤ ਰਿਹਾ ਹੈ। ਅਸੀਂ ਵੀ ਕਈ ਵਾਰੀ ਗਰਭ ਦੇ ਵਿੱਚ ਆ ਜਾਂਦੇ ਹਾਂ, ਕਈ ਵਾਰੀ ਅਸੀਂ ਬਾਤ ਦੇ ਵਿੱਚ ਆ ਜਾਂਦੇ ਹਾਂ, ਕਈ ਵਾਰੀ ਅਸੀਂ ਗੁਰੂ ਦੇ ਉਲਟੀ ਗੱਲਾਂ ਕਰ ਜਾਂਦੇ ਹਾਂ, ਗੁਰੂ ਦੀ ਸ਼ਰਨ ਦੇ ਵਿੱਚ ਬੈਠ ਕੇ ਵੀ। ਇਹਨਾਂ ਤੋਂ ਬਚੋ, ਹਮੇਸ਼ਾ ਇਹ ਵਿਵੇਕ ਬੁੱਧ ਪ੍ਰਾਪਤ ਕਰੋ, ਐਸੀ ਬੁੱਧ ਪ੍ਰਾਪਤ ਕਰੋ ਕਿ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗੇ ਗੁਰੂ ਤੋਂ ਨਾਮ ਸਿਮਰਨ ਕਰਕੇ, ਨਾਮ ਸਿਮਰਨ ਕਰਦੇ ਕਰਦੇ ਹੋਏ ਗੁਰੂ ਨੂੰ ਬੇਨਤੀ ਕਰਿਆ ਕਰੋ, ਤੁਹਾਨੂੰ ਵਿਵੇਕ ਬੁੱਧ ਪ੍ਰਾਪਤ ਹੋ ਜਾਏਗੀ। ਕਿਹੜਾ ਕਰਮ ਚੰਗਾ ਹੈ, ਕਿਹੜਾ ਮਾੜਾ ਹੈ, ਇਸ 'ਤੇ ਤੁਹਾਨੂੰ ਪਛਾਣ ਆ ਜਾਏਗੀ। ਕਿਹੜਾ ਸੱਚ ਕਰਮ ਹੈ, ਕਿਹੜਾ ਝੂਠ ਕਰਮ ਹੈ, ਕਿਹੜਾ ਕਰਮ ਜਿਹੜਾ ਸਾਡਾ ਉਹ ਹਲਤ ਪਲਤ ਸਵਾਰਦਾ ਹੈ, ਕਿਹੜਾ ਕਰਮ ਜਿਹੜਾ ਉਹ ਸਾਨੂੰ ਨਰਕ 'ਚ ਲੈ ਕੇ ਜਾਂਦਾ ਹੈ। ਇਸ ਤਰ੍ਹਾਂ ਦੀ ਅਵਸਥਾ ਸਿੱਖਣ ਵਾਸਤੇ ਹੀ ਅਸੀਂ ਗੁਰੂ ਦੇ ਸ਼ਰਨ ਦੇ ਵਿੱਚ ਆਉਂਦੇ ਹਾਂ, ਬਸ ਇਹਨਾਂ ਕੀ ਕੁਛ ਸਿੱਖਣਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆਸਾ ਜੀ ਦੀ ਵਾਰ ਦੇ ਵਿੱਚ ਲਿਖਿਆ, ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਕੁਛ ਹੋਰ ਨਹੀਂ ਹੈ, ਜਿਸਨੇ ਸਿੱਖ ਲਈ ਸਿੱਖਿਆ ਗੁਰੂ ਦੀ, ਗੁਰੂ ਦੇ ਵਿਚਾਰ ਦੀ, ਉਹੀ ਸਿੱਖ ਗਿਆ। ਜਿਹੜਾ ਸਿੱਖ ਗਿਆ ਉਹਦਾ ਕਲਿਆਣ ਹੋ ਗਿਆ, ਉਹਦਾ ਹਲਤ ਪਲਤ ਸਵਰ ਗਿਆ, ਉਹਦਾ ਸਾਰਾ ਜੀਵਨ ਹੀ ਸੁੱਖਾਂ ਵਾਲਾ ਬਣ ਗਿਆ। ਜਿਹਦੇ ਜੀ ਤਾਂ ਉਹਦਾ ਸੁੱਖਾਂ ਵਾਲਾ ਬਣਦਾ ਹੀ ਬਣਦਾ ਹੈ। ਅੱਗੇ ਜਾ ਕੇ ਸੱਚਖੰਡ ਦੇ ਦੁਆਰੇ ਦੇ ਉੱਤੇ ਵੀ ਉਸ ਨੂੰ ਆਸਣ ਮਿਲਦਾ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦਾ, ਪਰਮਾਤਮਾ ਦੀਆਂ ਖੁਸ਼ੀਆਂ ਦਾ, ਪਰਮਾਤਮਾ ਦੇ ਦੇਵਤੇ ਉਸ ਦਾ ਸਤਿਕਾਰ ਕਰਦੇ ਆ, ਗੁਰਮੁਖ ਪਿਆਰੇ ਉਹਨਾਂ ਨੂੰ ਆਸਣ ਮਿਲਦਾ, ਬੈਠਣ ਵਾਸਤੇ ਸਥਾਨ ਮਿਲਦਾ। ਤੋ ਸਾਧ ਸੰਗਤ ਜੀ, ਬਸ ਇੰਨੀਆਂ ਕੁ ਵਿਚਾਰਾਂ ਕਰਦੇ ਹੋਏ, ਦਾਸ ਸਮਾਂ ਦਾ ਜਾ ਚੁੱਕਾ ਹੈ ਔਰ ਸਮਾਂ ਵੀ 29-30 ਮਿੰਟ ਦਾ ਹੋ ਚੁੱਕਾ ਹੈ।
तो मैं क्षमा याचना करता हाँ, क्योंकि गुरु ग्रंथ साहब सानू अनेक भेद दसदा है। जे किते इस दी प्यार नाल असी विचार करिए, पढ़ना पढ़ के विचार करना, विचार करके अमल दे विच ले आउणा, अपने जीवन दे विच ढाल लेना, और जो जीवन दे विच ढाल लिया हुक्म रजाई चलना नानक लिखिया नाल, फिर हर जन ते हर दे प्यारे दे विच सिख दे विच ते गुरु दे विच परमात्मा दे ते आत्मा दे विच कोई फर्क नहीं रहिंदा, आत्मा ही परमात्मा दा स्वरूप हो जाती है। तो साध सिंह जी इन्हीं विचारां करदे हुए दास छमां दा जाचक है, वाहिगुरु जी का खालसा वाहिगुरु जी की फतेह।